नौजवान गायक नूं, महान गायक नूं, वड्डे गायक नूं शरदा दे फुल भेंट करदा ते मां प्यो दे लई वाहिगुरू सच्चे पातशाह की अरदास करदा कि उन्हां नूं भाणा मनण दा बल बख्शे। कहना बहुत सौखा है, मनना बहुत औखा है। सच पुछदे हो अज हरेक पंजाबी दी अख नम है। सही कह रहे हो। और भाई जी किधरे ना किधरे गल ए भी चली है कि एक पंजाबी होने के नाते बड़ा फखर महसूस होया करता सी, बड़ा तुसी वर्ल्ड स्टेज के उपर भी गाया, जो एक प्यार मुहब्बत विदेशों के भी मिलती। कल सरी के सरी तक विरोध होया और सरी तक इस गल की आवाज़ उठी कि सिद्धू मूसेवाला के परिवार को इंसाफ मिलना चाहिए। वाकई जी ये स्वै पड़चोल करन दी लोड़ भी महसूस होंदी है शायद सारिया सियासी पार्टियां नूं सने सत्ता ते कि वाकई जी पंजाब नूं असी सही करना है। यह जिहड़ी छोटिया छोटिया गल्लां ने सिक्योरिटी वापस लै लेनी जां होर जिहड़ियां तमाम गल्लां ने उन्होंने सैट असाइड करके पंजाब दे प्रोग्रेस दे लई इत्थे शायद कदम चुकन दी लोड़ महसूस होंदी है। बिल्कुल दुरुस्त गल तुसीं कह रहे हो। ਜਿਵੇਂ ਕੀ ਪੰਮੀ ਬਾਈ ਜੀ ਪੂਰੇ ਪੂਰੇ ਵਰਲਡ ਦੇ ਵਿੱਚ ਆਖਿਰਕਾਰ ਕੀ ਕੀ ਸੁਨੇਹਾ ਆਪਸੀ ਭੇਜ ਰਹੇ ਹਾਂ, ਇਹ ਪੜਚੋਲ ਕਰਨ ਦੀ ਲੋੜ ਇੱਥੇ ਸਾਨੂੰ ਮਹਿਸੂਸ ਹੁੰਦੀ ਹੈ ਕਿ ਕੀ ਸੁਨੇਹਾ ਜਾ ਰਿਹਾ, ਪੰਜਾਬ ਕਿਹੋ ਜਿਹਾ ਬਣ ਰਿਹਾ। ਮੇਰਾ ਇੱਕ ਦੋਸਤ ਹੈਗਾ ਜਿਹਦੇ ਰਿਟਾਇਰ IAS ਆਫਿਸਰ ਤੇ ਬਹੁਤ ਜ਼ਿਆਦਾ ਨੌਲੇਜੇਬਲ ਪਰਸਨੈਲਿਟੀ ਹੈ, ਤੇ ਉਹਨਾਂ ਨੇ ਕੁਛ 2 ਸਾਲ ਪਹਿਲਾਂ ਇਹ ਗੱਲ ਮੈਨੂੰ ਕਹੀ ਸੀ ਕਿ ਆਉਣ ਵਾਲੇ 5-10 ਸਾਲਾਂ 'ਚ ਪੰਜਾਬ ਰਹਿਣ ਯੋਗ ਨਹੀਂ ਰਹਿਣਾ, ਤੇ ਅੱਜ ਮੈਨੂੰ ਉਹਨਾਂ ਦੀਆਂ ਗੱਲਾਂ ਸੱਚੀਆਂ ਹੁੰਦੀਆਂ ਲੱਗਦੀਆਂ ਨੇ। ਵੱਡੀ ਗੱਲ ਕਹਿ ਰਹੇ ਹੋ ਤੁਸੀਂ ਕਿ ਵਾਕਈ ਯਾਰ ਪੰਜਾਬ 'ਚ ਜਦੋਂ ਕੋਈ ਕਿਸੇ ਜਨ ਮਾਲ ਦੀ ਹਫਾਜ਼ਤ ਹੀ ਨਹੀਂ, ਸੇਫਟੀ ਨਹੀਂ, ਹਰ ਬੰਦਾ ਡਰਿਆ ਹੋਇਆ ਖੌਫ ਦੇ ਵਿੱਚ ਜੀ ਰਿਹਾ, ਖੌਫ ਜ਼ਿਆਦਾ, ਤੇ ਫਿਰ ਇਹ ਰੰਗੜਾ ਪੰਜਾਬ ਕਿਤੇ ਸਾਡੇ ਹੱਥੋਂ ਜਮੀ ਨਾ ਜਾਂਦਾ ਰਹੇ ਤੇ ਸਾਰੇ ਪੰਜਾਬੀ ਬਾਹਰ ਨੂੰ ਭੱਜ ਜਾਣ ਤੇ ਸਿਰਫ ਇੱਥੇ ਉਹ ਰਹਿ ਜਾਣ ਜਿਹੜੇ ਬਾਹਰ ਜਾਣ ਯੋਗ ਨਹੀਂ ਹਨ, ਤੇ ਅਸੀਂ ਕਹਿ ਰਹੇ ਪੰਜਾਬ ਸਿਰਜ ਰਹੇ ਹਾਂ। ਅਸੀਂ ਉਹ ਪੰਜ ਦਰਿਆਵਾਂ ਦੀ ਧਰਤੀ ਨੂੰ ਕਹੀ ਜੀ ਧਰਤੀ ਬਣਾਉਣ ਜਾ ਰਹੇ ਹਾਂ, ਬਿਲਕੁਲ ਅਕਸ਼ਰ ਦੀ ਧਰਤੀ ਬਣਾਉਣ ਜਾ ਰਹੇ ਹਾਂ। ਬਿਲਕੁਲ ਇਹ ਸੋਚਣਾ ਪੈਣਾ ਸਿਹਰਦ ਲੋਕਾਂ ਨੂੰ, ਰਾਜਨੀਤਿਕ ਲੋਕਾਂ ਨੂੰ, ਬੁੱਧੀਜੀਵੀ ਲੋਕਾਂ ਨੂੰ ਇਕੱਠੇ ਹੋ ਕੇ ਵਿਚਾਰਨਾ ਪੈਣਾ ਤੇ ਪੰਜਾਬ ਨੂੰ ਸੁਧਾਰਨਾ ਪੈਣਾ। ਬਾਈ ਜੀ ਇੱਕ ਗੱਲ ਦੱਸੋ, ਇਹੋ ਜਿਹੀਆਂ ਜਿਹੜਾ ਘਟਨਾਵਾਂ ਵੇਖਦੇ ਹੋ ਤੁਸੀਂ ਵੀ ਸਹੀ ਗੱਲ ਕਿਹਾ ਕਿ ਵਾਕਈ 'ਚ ਅਜਿਹਾ ਨਹੀਂ ਸੋਚਿਆ ਕਿ ਅਜਿਹਾ ਰੰਗਲਾ ਪੰਜਾਬ ਅਸੀਂ ਵੇਖਾਂਗੇ, ਇਹ ਤਾਂ ਰੰਗਲਾ ਪੰਜਾਬ ਨਹੀਂ ਹੈ, ਇਹ ਗੱਲ ਪੱਕੀ ਹੋ ਗਈ ਹੈ। ਪਰ ਵਾਕਈ 'ਚ ਤਮਾਮ ਸਿੰਗਰਸ ਕਮਿਊਨਿਟੀ, ਤਮਾਮ ਜਿਹੜੇ ਆਰਟਿਸਟ ਨੇ, ਕਿਧਰੇ ਨਾ ਕਿਧਰੇ ਉਹਨਾਂ ਦੀ ਪਰਸਨਲ ਜ਼ਿੰਦਗੀ ਇਸ ਐਪੀਸੋਡ ਤੋਂ ਬਾਅਦ ਜ਼ਰੂਰ ਪ੍ਰਭਾਵਿਤ ਹੋਵੇਗੀ, ਉਹੋ ਜਿਹੀ ਨਹੀਂ ਰਹੇਗੀ ਜਿਸ ਢੰਗ ਦੇ ਨਾਲ ਖੁੱਲ੍ਹੇ ਤੌਰ ਦੇ ਉੱਪਰ ਕਿਧਰੇ ਵੀ ਚਲੇ ਜਾਓ ਪੰਜਾਬ ਨੂੰ, ਆਪਣੇ ਪਿੰਡ ਨੂੰ, ਆਪਣੇ ਘਰ ਨੂੰ ਸੁਰੱਖਿਅਤ ਨਹੀਂ ਸਮਝਿਆ ਜਾ ਸਕਦਾ। ਆਪਣੇ ਪਿੰਡ ਦੇ ਵਿੱਚ ਹੀ, ਪਿੰਡ ਦੇ ਨੇੜੇ ਹੀ ਇਸ ਢੰਗ ਦਾ ਕਤਲ ਹੋ ਗਿਆ, ਕਿਧਰੇ ਨਾ ਕਿਧਰੇ ਪਰਸਨਲ ਲਾਈਫ ਇਸ ਐਪੀਸੋਡ ਤੋਂ ਬਾਅਦ ਜ਼ਰੂਰ ਕਿਧਰੇ ਨਾ ਕਿਧਰੇ ਬਦਲੇਗੀ। ਕੀ ਸੋਚਦੇ ਹੋ? ਬਿਲਕੁਲ ਬਿਲਕੁਲ ਮੈਂ ਤੁਹਾਡੇ ਨਾਲ 101% ਸਹਿਮਤ ਹਾਂ। ਬਹੁਤ ਸ਼ੁਕਰੀਆ ਪੰਮੀ ਬਾਈ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਪੰਮੀ ਬਾਈ ਜੀ ਸਾਡੇ ਨਾਲ ਜੁੜੇ, ਪੰਜਾਬੀ ਗਾਇਕ, ਵਰਲਡ ਸਟੇਜ ਦੇ ਉੱਪਰ ਪੰਮੀ ਬਾਈ ਨੇ ਵੀ ਕਈ ਅਖਾੜੇ ਲਾਏ, ਕਈ ਅਜਿਹੇ ਕੌਂਸਰਟਸ ਕੀਤੇ, ਪਰ ਉਹ ਵੀ ਗੱਲ ਸਹੀ ਕਹਿ ਰਹੇ ਨੇ ਕਿ ਇਹ ਰੰਗਲਾ ਪੰਜਾਬ ਨਹੀਂ ਸੀ ਸੋਚਿਆ ਕਦੀ, ਇਹ ਰੰਗਲਾ ਪੰਜਾਬ ਕਦੀ ਨਹੀਂ ਸੀ ਸੋਚਿਆ, ਇਹ ਰੰਗਲਾ ਪੰਜਾਬ ਨਹੀਂ ਹੈ, ਇਹ ਪੰਜਾਬ ਅਜਿਹਾ ਅੱਜ ਪੇਸ਼ ਹੋ ਗਿਆ ਕਿ ਜਿੱਥੇ ਰਹਿਣ ਨੂੰ ਸ਼ਾਇਦ ਡਰ ਲੱਗਿਆ। ਔਰ ਪੰਮੀ ਬਾਈ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਹੁਣ ਤਾਂ ਡਰ ਲੱਗਦਾ ਕਿ ਵਾਕਈ 'ਚ ਰਹਿਣ ਦੇ ਲਈ ਸੁਰੱਖਿਅਤ ਹੈ ਜਾਂ ਫਿਰ ਇੱਥੋਂ ਨਿਕਲਿਆ ਜਾਵੇ, ਇਹ ਗੱਲਾਂ ਜੇ ਹੁਣ ਜ਼ਹਿਨ 'ਚ ਆ ਰਹੀਆਂ ਤਾਂ ਵਾਕਈ 'ਚ ਸਮਝਣ ਦੀ ਲੋੜ ਹੈ ਕਿ ਸਿਸਟਮ ਦੇ ਵਿੱਚ ਕਿਧਰੇ ਨਾ ਕਿਧਰੇ ਫੇਲੀਅਰ ਹੈ, ਕਿਧਰੇ ਨਾ ਕਿਧਰੇ ਉਸ ਸੋਚ ਦੇ ਵਿੱਚ ਫੇਲੀਅਰ ਹੈ ਜਿਹੜੀ ਸੋਚ ਇਹ ਦਰਸਾਉਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਆਉਣਾ, ਪੰਜਾਬ ਦੇ ਵਿੱਚ ਜਿਹੜੇ ਸਗੋਂ ਪ੍ਰਵਾਸੀ ਵੀ ਬਾਹਰ ਗਏ ਉਹਨਾਂ ਦਾ ਵੀ ਦਿਲ ਕਰੇ ਕਿ ਮੁੜ ਤੋਂ ਪੰਜਾਬ ਦੇ ਵਿੱਚ ਆਉਣਾ। ਇਹ ਤਾਂ ਹੁਣ ਇੱਕ ਉਲਟੀ ਨਦੀ ਵਹਿੰਦੀ ਵਿਖਾਈ ਦੇ ਰਹੀ ਹੈ, ਸਗੋਂ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ, ਜਿਹੜੇ ਪ੍ਰਫੁੱਲਤ ਨੇ, ਆਖਿਰਕਾਰ ਉਹ ਹੁਣ ਕਿਉਂ ਨਹੀਂ ਸੋਚਣਗੇ ਕਿ ਭਾਈ ਇੱਥੋਂ ਨਿਕਲੋ? ਇਹੀ ਹੁਣ ਤਮਾਮ ਬੁੱਧੀਜੀਵੀ ਹੋਣ ਜਾਂ ਫਿਰ ਆਰਟਿਸਟ ਹੋਣ ਉਹ ਕਹਿੰਦੇ ਵਿਖਾਈ ਦੇ ਰਹੇ ਨੇ, ਜੋ ਕਿ ਵਾਕਈ 'ਚ ਸੁਣ ਕੇ ਰੂਹ ਕੰਬ ਉੱਠਦੀ ਹੈ, ਸੁਣ ਕੇ ਜੀ ਕੰਬ ਉੱਠਦਾ ਹੈ ਕਿ ਇੰਨੀ ਜ਼ਿਆਦਾ ਘਬਰਾਹਟ ਹੈ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ, ਜੋ ਕਹਿ ਰਹੇ ਨੇ ਕਿ ਹੁਣ ਪੰਜਾਬ ਸ਼ਾਇਦ ਰਹਿਣ ਜੋਗਾ ਹੀ ਨਹੀਂ ਰਿਹਾ, ਅਜਿਹੇ ਹਾਲਾਤ ਬਣ ਗਏ ਨੇ। ਸਿੱਧੂ ਮੂਸੇਵਾਲਾ ਦੇ ਕਤਲ ਨੇ ਹਿਲਾ ਕੇ ਰੱਖ ਦਿੱਤਾ ਹੈ। ਫਿਲਹਾਲ ਤਸਵੀਰਾਂ TV ਸਕਰੀਨ 'ਤੇ ਅਸੀਂ ਲਗਾਤਾਰ ਵਿਖਾ ਰਹੇ ਹਾਂ ਮੂਸੇਵਾਲਾ ਦੇ ਘਰ ਤੋਂ ਲਾਈਵ। ਅਸੀਂ ਉਸ ਹਵੇਲੀ ਦੇ ਵਿੱਚ ਅੱਜ ਵੱਡੀ ਇਕੱਤਰਤਾ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਲੱਗੀ ਹੋਈ ਹੈ, ਵੱਡੀ ਇਕੱਤਰਤਾ ਅਸੀਂ ਵੇਖ ਪਾ ਰਹੇ ਹਾਂ ਉਹਨਾਂ ਦੇ ਫੈਨਸ ਦੀ, ਚਾਹੁਣ ਵਾਲਿਆਂ ਦੀ। ਨਵੀਨ ਸਾਡੇ ਸਹਿਯੋਗੀ ਮੂਸਾ ਪਿੰਡ ਤੋਂ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ, ਜਿੱਥੇ ਅੰਤਿਮ ਦਰਸ਼ਨਾਂ ਦੇ ਲਈ ਸਿੱਧੂ ਮੂਸੇਵਾਲਾ ਦੇ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਨਵੀਨ ਹੈ ਜਿਹੜਾ ਵਿਸ਼ਾਲ
एकत्रता असी वेख पा रहे हैं। वाकई ची है प्रतख प्रमाण है कि किन्ना वड्डा प्यार सी और फैंस कई कहिंदे ने कि कल दा असी एक ग्रही भी मूहे